ਬੀਤੇ ਦਿਨੀ ਜੀਟੀ ਰੋਡ ਫਗਵਾੜਾ ਦੇ ਨਜ਼ਦੀਕੀ ਪੈਂਦੇ ਪਿੰਡ ਖਜੂਰਲਾ ਵਿਖੇ ਡੇਰਾ ਪੀਰ ਬਾਬਾ ਸਹਿਮ ਤਿਲੋ ਜੀ ਦੇ ਪਵਿੱਤਰ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ ਦੌਰਾਨ ਚਾਦਰ ਚੜਾਉਣ ਦੀ ਰਸਮ ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਤੇ ਸਾਈ ਲਖਵੀਰ ਸ਼ਾਹ ਜੀ ਮੁਰਸ਼ਦ ਪੀਰ ਸਾਈ ਡੇਰਾ ਪਿੰਡ ਕਟਾਰੀਆਂ ਵਾਲਿਆਂ ਨੇ ਪਹੁੰਚ ਕੇ ਆਈਆਂ ਹੋਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੇਲੇ ਦੌਰਾਨ ਸਾਈ ਲਖਵੀਰ ਸ਼ਾਹ ਤੋਂ ਵਰਸੋਏ ਇਸ ਡੇਰੇ ਦੇ ਸੇਵਾਦਾਰ ਬਾਬਾ ਬਿੱਲੇ ਸ਼ਾਹ ਜੀ ਖਜੂਰਲੇ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਤੇ ਗਾਇਕ ਮਹਿੰਦਰ ਮਾਧੋਪੁਰੀ, ਸਤੀ ਖੋਖੇ ਵਾਲੀ, ਬਲਵਿੰਦਰ ਤੇਜਾ, ਅਨਮੋਲ ਵਿਰਕ, ਗੁਰਨਾਮ ਗਾਮਾ ਅਤੇ ਵਿੱਕੀ ਬਾਦਸ਼ਾਹ ਨੇ ਆਪਣੀ ਗਾਇਕੀ ਦੁਆਰਾ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ। ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ ਆਪੇ ਕਦੇ ਮੇਰ ਪੈ ਜਾਊ ਮੇਰੀ ਸਰਕਾਰ ਨੂੰ ਦੁੱਖ ਤਾਂ ਬਥੇਰੇ ਲੰਗਰ ਸਤਕਾਰ ਸਹਿਤ ਤਿਆਰ ਕੀਤੇ ਗਏ। ਇਸ ਮੌਕੇ ਤੇ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗਰਮੀ ਤੋਂ ਰਾਹਤ ਪਾਉਣ ਲਈ ਠੰਡੇ ਮਿੱਠੇ ਜਲ ਦੀ ਛਬੀਲਾਂ ਵੀ ਲਗਾਈਆਂ ਗਈਆਂ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਜਲੰਧਰ ਤੋਂ ਗਾਮਾ ਪੰਡੋਰੀ ਨਿਜਰਾਂ ਦੀ ਵਿਸ਼ੇਸ਼ ਰਿਪੋਰਟ।